ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਦੋਵਾਂ ਸਰਕਾਰਾਂ ਦੇ ਸਬੰਧਾਂ ਦੇ ਦਰਮਿਆਨ ਖਟਾਸ ਆਉਂਦੀ ਹੈ ਤਾਂ ਇਹਨਾਂ ਸਾਰੇ ਲੋਕਾਂ ਤੇ ਅਸਰ ਪਵੇਗਾ ਹੁਣ ਉਹ ਜਿਹੜੇ ਲੋਕ ਸੀ 770000 ਉਹ ਸਿਰਫ ਉਹ ਸੀ ਜਿਨ੍ਹਾਂ ਨੇ ਜਾਣਕਰਨਾ ਦੇ ਫਾਰਮ ਭਰੇ ਤੇ ਮੈਂ ਕਈ ਜਿਹਆਂ ਨੂੰ ਮਿਲਿਆ ਜਿਹੜੇ ਕਹਿੰਦੇ ਅਸੀਂ ਭਰੇ ਨਹੀਂ ਤੇ ਵੱਡੇ ਵੱਡੇ ਫੈਮਿਲੀਜ਼ ਨੇ ਉਹਨਾਂ ਦੀ ਸੋ ਕੈਨੇਡਾ ਸਰਕਾਰ ਨੇ ਹਰ ਸਾਲ 5 ਲੱਖ ਤੋਂ ਵੱਧ ਇਮੀਗ੍ਰੈਂਟ ਲਿਆਉਣ ਦਾ ਜਿਹੜਾ ਟੀਚਾ ਰੱਖਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਸਟੂਡੈਂਟਸ ਜਿਹੜੇ ਨੇ ਹਜ਼ਾਰ ਲੱਖਾਂ ਦੀ ਗਿਣਤੀ ਵਿੱਚ ਹਰ ਸਾਲ ਆਉਂਦੇ ਨੇ ਇੱਥੇ ਉਹਨਾਂ ਦਾ ਟੀਚਾ ਜਿਹੜਾ ਬਣਇਆ ਹੋਇਆ ਉਹਨਾਂ ਸਾਰਿਆਂ ਤੇ ਇਸ ਰਿਪੋਰਟ ਦੇ ਨਾਲ ਅਸਰ ਪੈਣ ਵਾਲਾ ਹੈ। ਕੈਨੇਡਾ ਦੇ ਵਿੱਚ ਅਫੋਰਡੇਬਲ ਹਾਊਸਿੰਗ ਤੇ ਮਹਿੰਗਾਈ ਨੇ ਐਸੀ ਮਾਰ ਮਾਰੀ ਹੈ ਜਿਸ ਕਰਕੇ ਸਰਕਾਰ ਨੂੰ ਚੇਤਾ ਹੋ ਰਹੀ ਹੈ ਕਿ ਜਿੰਨੇ ਲੋਕ ਅਸੀਂ ਬੁਲਾ ਰਹੇ ਹਾਂ ਠੀਕ ਹੈ ਵਰਕ ਫੋਰਸ ਦੀ ਲੋੜ ਹੈ ਕਿ ਕਿੰਨੇ ਕਿ ਸਾਨੂੰ ਕਾਮਿਆਂ ਦੀ ਲੋੜ ਹੈ। ਸਾਨੂੰ ਜਵਾਨ ਕਾਮਿਆਂ ਦੀ ਲੋੜ ਹੈ ਸਾਨੂੰ ਲੱਭਣੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੀ ਇੱਕ ਪਾਪੂਲੇਸ਼ਨ ਜਿਹੜੀ ਹੈ ਬਜ਼ੁਰਗ ਹੋ ਰਹੀ ਹੈ। ਗੱਲ ਤੇ ਇਥੋਂ ਰੌਲਾ ਪਿਆ ਸੀ ਕਿ ਹਰਦੀਪ ਸਿੰਘ ਨਿੱਜਰ ਦਾ ਜਦੋਂ ਕਤਲ ਹੁੰਦਾ ਤੇ ਉਸ ਤੋਂ ਬਾਅਦ ਜਸਟਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜੇ ਹੋ ਕੇ ਭਾਰਤ ਸਰਕਾਰ ਤੇ ਇਲਜ਼ਾਮ ਲਾ ਦਿੱਤਾ ਕਿ ਭਾਰਤ ਸਰਕਾਰ ਦਾ ਇਸ ਵਿੱਚ ਹੱਥ ਹੈ ਤੇ ਅਸੀਂ ਉਹਨਾਂ ਦਾ ਇੱਕ ਡਿਪਲੋਮੈਟ ਜਿਹੜਾ ਇਥੋਂ ਕੱਟ ਰਿਹਾ ਆਪਣੇ ਮੁਲਕ ਦੇ ਵਿੱਚੋਂ ਉਹ ਡਿਪਲੋਮੈਟ ਉਹਨਾਂ ਨੇ ਕੱਟਿਆ ਤੇ 24 ਘੰਟੇ ਨਹੀਂ ਪਏ ਤੇ ਭਾਰਤ ਨੇ ਵੀ ਇੱਕ ਡਿਪਲੋਮੈਟ ਨੂੰ ਉਥੋਂ ਛੁੱਟੀ ਕਰ ਦਿੱਤੀ ਪਰ ਭਾਰਤ ਸਰਕਾਰ ਉੱਥੇ ਰੁਕੀ ਨਹੀਂ ਕੈਨੇਡੀਅਨ ਜਿਹੜੇ ਹੋਰ ਨਾਲ ਮੁਲਕਾਂ 'ਚ ਰਹਿ ਰਹੇ ਭਾਵੇਂ ਜਿਹੜੇ ਯੂ ਐਸ ਏ ਦੇ ਵਿੱਚੋਂ ਇਸ ਤਰ੍ਹਾਂ ਹੁਣ ਕੈਨੇਡਾ ਦੇ ਨਾਲ ਯੂ ਐਸ ਏ ਦਾ ਬਾਰਡ ਨੇੜਾ ਵਾਲੇ ਤੇ ਜਿਹੜੇ ਕੈਨੇਡੀਅਨ ਭਾਰਤੀ ਨੇ ਪੰਜਾਬੀ ਨੇ ਉਹ ਕਹਿੰਨ ਕਿ ਚਲੋ ਸਾਨੂੰ ਇੱਥੇ ਵਾਲੇ ਦਫ਼ਤਰ ਬੰਦ ਕੀਤੇ ਯੂਐਸਏ ਵਾਲੇ ਦਾ ਫੋਨੇ ਉੱਥੋਂ ਜਾ ਕੇ ਵੀਜ਼ਾ ਦੇ ਦਿਓ ਉਹ ਦਫ਼ਤਰ ਵੀ ਬੰਦ ਲੈ। ਇੰਗਲੈਂਡ ਵਾਲੇ ਵੀ ਜਾ ਕੇ ਜੇ ਉੱਥੇ ਜਾ ਕੇ ਕਿਉਂਕਿ ਸਾਨੂੰ ਇੰਡੀਆ ਦਾ ਵੀਜ਼ਾ ਲਾ ਦਿਓ ਉੱਥੋਂ ਵੀ ਨਹੀਂ ਲੱਗਿਆ। ਭਾਵ ਜਿਸ ਕੋਲ ਕੈਨੇਡੀਅਨ ਪਾਸਪੋਰਟ ਹੈ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਲੱਗਣਾ ਬੰਦ ਕੀਤਾ ਹੋਇਆ। ਹਕਤਾਲੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਤਰੀਕ ਤੱਕ ਇਹ ਮੁਲਕ ਛੱਡ ਜਾਓ। ਤੁਸੀਂ ਆਪਣੇ ਸਮਾਵਾ ਬੰਦ ਕਰ ਦਿਓ ਨਹੀਂ ਤਾਂ ਤੁਹਾਡਾ ਇੱਥੇ ਜੋ ਡਿਪਲੋਮੈਟਿਕ ਕੋਈ ਨਾ ਕੋਈ ਵੀਜ਼ਾ ਵੀ ਡਿਪਲੋਮੈਟਿਕ ਹੁੰਦਾ ਡਿ ਉਹ ਸਾਰੀਆਂ ਅਸੀਂ ਬੰਦ ਕਰ ਦਿੰਦੀਆਂ ਨੇ ਕੈਲਗਰੀ ਦੇ ਬਾਰੇ ਉਹ ਕਹਿੰਦੇ ਨੇ ਕਿ ਇਹ ਇੱਕ ਵੱਡੇ ਸ਼ਹਿਰ ਵਾਲਾ ਆਨੰਦ ਤੇ ਉਹਦੇ ਵਾਲੀ ਫੀਲ ਇੱਕ ਛੋਟੇ ਇੱਕ ਠੀਕ ਠਾਕ ਸ਼ਹਿਰ ਦੇ ਵਿੱਚ ਇੱਕ ਠੀਕ ਠਾਕ ਖਰਚੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਇੱਕ ਤਾਂ ਕਿ ਅਫੋਰਡੇਬਿਲਟੀ ਹੈ ਜਦੋਂ ਹਜ਼ਾਰਾਂ ਕਿ ਲੋਕਾਂ ਦੇ ਉਹਨਾਂ ਨੇ ਸਰਵੇ ਕੀਤਾ ਉਹਦੇ ਵਿੱਚ ਉਹ ਕਹਿੰਦੇ ਨੇ ਘਰਾਂ ਤੇ ਰਹਿਣ ਸੈਣ ਤੇ ਗੱਲ ਕੀਤੀ ਉਹਨਾਂ ਨੇ ਔਰ 40% ਨੇ ਕਿਹਾ ਕਿ ਅਸੀਂ ਕਾਰ ਖਰੀਦ ਨਹੀਂ ਸਕਦੇ ਸਾਡੇ ਚ ਹਿੰਮਤ ਨਹੀਂ ਔਰ ਉਹਨਾਂ ਨੇ 36% ਦੇ ਨੇ ਕਹਿਤਾ ਕਿ ਅਸੀਂ ਰੈਂਟ ਵੀ ਬੜੇ ਔਖੇ ਹੋ ਕੇ ਦੇ ਰਹੇ ਆ ਤੇ ਘਰ ਇੱਕ ਔਸਤ ਦੀ ਘਰ ਦੀ ਜਿਹੜੀ ਕੀਮਤ ਹੈ ਉਹ 5,70,000 ਤੇ 300 ਡਾਲਰ ਜਿਹੜੀ ਹੈ ਉਹ ਹੋ ਗਈ ਹੈ ਜੋ ਕਿ ਪਿਛਲੇ ਸਾਲ ਸਤੰਬਰ 2022 ਨਾਲੋਂ 9% ਵਧ ਗਈ ਹੈ। ਹੰਟਰੀਓ ਵੀ ਮਾਈਨਸ ਵਿੱਚ ਹੈ ਬ੍ਰਿਟਿਸ਼ ਕੋਲੰਬੀਆ ਵੀ ਮਾਈਨਸ ਵਿੱਚ ਹੈ ਤੇ ਅਲਬਰਟਾ ਇੱਕ ਸਭ ਤੋਂ ਵੱਧ ਪੋਜ਼ਿਟਿਵ ਜਾਣ ਵਾਲਾ ਸੂਬਾ ਹੈ ਕਿ ਇੰਟਰਪ੍ਰੋਵਿੰਸ਼ਲ ਮਾਈਗ੍ਰੇਸ਼ਨ ਸਭ ਤੋਂ ਵੱਧ ਇੱਥੇ ਹੋ ਰਹੀ ਹੈ। 9 ਲੱਖ ਸਟੂਡੈਂਟ ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ 2023 ਦੇ ਅੰਕੜਿਆਂ ਮੁਤਾਬਕ ਐਸ ਵੇਲੇ ਜਿਹੜਾ ਉਹ এডਿਕੇਸ਼ਨ ਪ੍ਰਾਪਤ ਕਰ ਰਿਹਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਅੱਜ ਜਿਹੜਾ ਪ੍ਰੋਗਰਾਮ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹਦੇ ਵਿੱਚ ਕੈਨੇਡਾ ਮੁਲਕ ਦੇ ਨਾਲ ਸੰਬੰਧਿਤ ਦੋ ਚਾਰ ਗੱਲਾਂ ਬਤਾਸੀਂ ਕਰਾਂਗੇ ਜਿਹੜੇ ਸਟੂਡੈਂਟਸ ਇੱਥੇ ਆ ਗਏ ਨੇ ਕਿ ਵਾਕਿਆ ਹੀ ਉਹਨਾਂ ਦੀ ਪੀਆਰ ਔਖੀ ਹੋ ਗਈ ਆ ਜਾਂ ਕੈਨੇਡਾ ਤੇ ਭਾਰਤ ਦੇ ਜਿਹੜੇ ਸੰਬੰਧ ਥੋੜੇ ਜਿਹਾ ਖੱਟੇ ਹੋ ਗਏ ਨੇ ਜਿਨ੍ਹਾਂ ਦੇ ਬੱਚੇ ਹਲੇ ਇੱਥੇ ਨਹੀਂ ਆਏ ਉਹਨਾਂ ਮਾਪਿਆਂ ਵੀ ਮਾਪਿਆਂ ਨੂੰ ਫਿਕਰ ਹੈ ਵੀ ਪਤਾ ਨਹੀਂ ਆਉਣ ਵਾਲੇ ਦਿਨਾਂ 'ਚ ਸਬੰਧ ਕਿੱਧਰ ਨੂੰ ਮੋੜ ਕੱਟ ਲੈਣ ਖੌਰੇ ਸਾਡੇ ਨਿਆਣੇ ਉੱਥੇ ਪਹੁੰਚ ਸਕਦੇ ਕਿ ਨਹੀਂ ਪਹੁੰਚ ਸਕਦੇ ਇੱਥੇ ਜਿਹੜੇ ਲੋਕ ਆਏ ਨੇ ਕੈਨੇਡਾ ਦੇ ਵਿੱਚ ਉਹ ਕੈਲਗਰੀ ਵੱਲ ਕਿਉਂ ਮੂੰਹ ਕਰ ਰਹੇ ਨੇ ਕਿ ਕੈਲਗਰੀ ਸਾਰਿਆਂ ਨੂੰ ਚੰਗਾ ਤੇ ਸੋਹਣਾ ਸ਼ਹਿਰ ਹੈ ਕਿ ਫੈਸਿਲਿਟੀਆਂ ਇੱਥੇ ਜ਼ਿਆਦਾ ਨੇ ਸੋ ਇਦਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਤੇ ਮੇਰੇ ਨਾਲ ਸਟੂਡੀਓ 'ਚ ਇਸ ਵੇਲੇ ਕੁਲਦੀਪ ਸਿੰਘ ਹੀਰ ਹੋਰੀ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਆਂ ਸਤਿ ਸ਼੍ਰੀ ਅਕਾਲ ਹੀਰ ਦਾ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਬਲੀਨ ਸਾਰੇ ਦਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਉਹੀ ਕਰਦੇ ਆ ਜਿਹੜੀ ਹਰ ਕਿਸੇ ਦੀ ਜ਼ੁਬਾਨ ਤੇ ਆ ਭਾਰਤ ਕੈਨੇਡਾ ਦੀ ਟੈਨਸ਼ਨ ਦੀ ਗੱਲ ਕਰਦੇ ਆ ਸਬੰਧ ਬਹੁਤੇ ਸੁਖਾਵੇ ਤਾਂ ਇਸ ਵੇਲੇ ਹੈ ਨਹੀਂ ਜੇ ਟਰੂਡੋ ਹੁਣੀ ਇੱਕ ਗੱਲ ਕਰਦੇ ਨੇ ਤੇ ਮੋਦੀ ਹੋਰੀ ਦੂਜੀ ਕਰ ਦਿੰਦੇ ਨੇ ਇਸ ਵੇਲੇ ਜੇ ਸਬੰਧਾਂ ਦੀ ਗੱਲ ਕਰੀਏ ਤੇ ਕਿੱਥੇ ਇੱਕ ਖੜੇ ਨੇ ਦੋਵੇਂ ਮੁਲਕ ਸਬਲੀਨ ਨੇ ਸਵਾਲ ਅੱਜ ਹਰ ਇੱਕ ਦੀ ਜ਼ੁਬਾਨ ਤੇ ਆ ਭਾਰਤ ਤੇ ਕੈਨੇਡਾ ਦੇ ਸਬੰਧ ਜਿਹੜੇ ਨੇ ਉਹ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਰਸਾਤਲ ਵੱਲ ਗਏ ਨੇ ਜਿਵੇਂ ਖਰਾਬ ਹੋਏ ਨੇ ਹਰ ਇੱਕ ਨੂੰ ਇਸ ਦੀ ਚਿੰਤਾ ਹੈ ਕਿਉਂ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਕੈਨੇਡਾ ਦੇ ਵਿੱਚ ਬਹੁਤ ਵੱਡੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਦੋਵਾਂ ਸਰਕਾਰਾਂ ਦੇ ਸਬੰਧਾਂ ਦੇ ਦਰਮਿਆਨ ਖਟਾਸ ਆਉਂਦੀ ਹੈ ਤਾਂ ਇਹਨਾਂ ਸਾਰੇ ਲੋਕਾਂ ਤੇ ਅਸਰ ਪਵੇਗਾ ਇੱਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦਾ ਜੀ ਅਸੀਂ ਇੱਕ ਮੋٹے ਮੋਟੇ ਅੰਦਾਜ਼ੇ ਮੁਤਾਬਕ ਗੱਲ ਕਰੀਏ ਤੇ ਜਿਨ੍ਹਾਂ ਲੋਕਾਂ ਨੇ ਸਿੱਖ ਧਰਮ ਲਖਵਾਇਆ ਸੀ ਆਪਣਾ ਉਹਨਾਂ ਦੀ ਗਿਣਤੀ ਅੱਜ ਤੋਂ 3 ਸਾਲ ਪਹਿਲਾਂ ਜੋ ਸੈਂਸਸ ਜਨਗਣਨਾ ਹੋਈ ਸੀ ਉਹਦੇ ਮੁਤਾਬਕ 7,70,000 ਦੇ ਲਗਭਗ ਬਣਦੀ ਸੀ ਤੇ ਜੇ ਉਸ ਤੋਂ ਬਾਅਦ ਦੀਆਂ ਰਿਪੋਰਟਾਂ ਤੇ ਅਸੀਂ ਨਜ਼ਰ ਮਾਰੀਏ ਜਿਹੜੀ ਜਨਗਣਨਾ ਹੋਈ ਤੇ ਉਹਦੇ ਵਿੱਚ ਜਿਹੜੇ ਪੀਆਰਸੀ ਤੇ ਸਿਟੀਜ਼ਨਸੀ ਉਹਨਾਂ ਨੂੰ ਗਿਣਿਆ ਗਿਆ ਫਿਰ ਸਟੂਡੈਂਟ ਟੈਂਪਰੀ ਫੋਰਨ ਵਰਕਰ ਤੇ ਵਿਜ਼ਟਰ ਨੂੰ ਕਿਵੇਂ ਗਿਣਨਾ ਸੀ ਹਾਲਾਂਕਿ ਪ੍ਰੋਵੀਜ਼ਨਸੀ ਪਰ ਉਸ ਪੰਬਲ ਪੂਸੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਸਟੂਡੈਂਟਸ ਨੇ ਬਹੁਤ ਸਾਰੇ ਵਰਕਰਸ ਨੇ ਵਿਜ਼ਿਟਰਸ ਨੇ ਤਫ ਫਾਰਮ ਭਰਨੇ ਕੀ ਸੀ ਵਰਕਰਸ ਤੇ ਜਿਹੜੇ ਸਟੂਡੈਂਟਸ ਸੀ ਉਹਨਾਂ ਨੇ ਵੀ ਫਾਰਮ ਨਹੀਂ ਭਰੇ ਹੁਣ ਉਹਨਾਂ ਦੇ ਫਾਰਮ ਨਾ ਭਰਨ ਦੇ ਨਾਲ ਇਹ ਹੋਇਆ ਕਿ ਉਹ ਗਿਣਤੀ ਤੋਂ ਵਾਂਝੇ ਰਹਿ ਗਏ ਇੱਕ ਗੱਲ ਹੋਰ ਜਿਹੜੇ 7 ਲੱਖ 70 ਹਜ਼ਾਰ ਜਿਹੜੇ ਕੈਨੇਡੀਅਨ ਸਿਗਮਲ ਸਿੱਖਾਂ ਦੀ ਗੱਲ ਕਰ ਰਹੇ ਆ ਭਾਵੇਂ ਕਿ ਭਾਰਤੀ ਮੂਲ ਦੇ ਜਿਹੜੇ ਇਹਨਾਂ ਨਾਲ ਸਾਰਿਆਂ ਨੂੰ ਫਰਕ ਪੈਗਾ ਉਹ ਇੱਕ ਵੱਡਾ ਹਿੱਸਾ ਹੋਵੇਗਾ ਜਿਸ ਵਿੱਚ ਸਾਰੇ ਹੋਣਗੇ ਹੁਣ ਉਹ ਜਿਹੜੇ ਲੋਕ ਸੀਗੇ 770000 ਉਹ ਸਿਰਫ ਉਹ ਸੀ ਜਿਨ੍ਹਾਂ ਨੇ ਜਾਣਕਾਰੀ ਦਾ ਫਾਰਮ ਭਰੇ ਤੇ ਮੈਂ ਕਈ ਜਿਹਆਂ ਨੂੰ ਮਿਲਿਆ ਜਿਹੜੇ ਕਹਿੰਦੇ ਅਸੀਂ ਭਰੇ ਨਹੀਂ ਤੇ ਵੱਡੇ ਵੱਡੇ ਫੈਮਿलीज ਨੇ ਉਹਨਾਂ ਦੀ ਸੋ ਇੱਕ ਮੋਟਾ ਜਿਹਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਕਿ ਜੇ 770000 ਨੇ ਫਾਰਮ ਭਰ ਦਿੱਤੇ ਤੇ ਆਪਣੀ ਲਿਖ ਦਿੱਤਾ ਕਿ ਅਸੀਂ ਆਹ ਆ ਲੋਕਾਂ ਤੇ ਅਸੀਂ ਐਸਮੂਲਦੇ ਆ ਤੇ 3 ਲੱਖ ਇਹੋ ਜਿਹਾ ਘਟੋ-ਘਟ ਹੋਣਗੇ ਜਿਨ੍ਹਾਂ ਦੀ ਗਿਣਤੀ ਜਿਹੜੇ ਗਿਣਤੀ ਚ ਆਏ ਨੇ ਜਿਹੜੇ ਇੱਥੇ ਦੇ ਪੱਕੇ ਬਸਨੀਕ ਵੀ ਸੀ ਪੀਆਰ ਵੀਸੀ ਜਾਂ ਸਿਟੀਜ਼ਨ ਵੀ ਸੀ ਉਹਨਾਂ ਨੇ ਲਿਖਵਾਇਆ ਨਹੀਂ ਸੋ 1 ਮਿਲੀਅਨ ਹੋਗਾ ਹੁਣ ਜੇ ਇੱਕ ਪਿੱਛੇ ਜਾ ਰਿਪੋਰਟ ਆਈ ਤੇ ਸਰਕਾਰ ਦੇ ਅੰਕੜੇ ਜਿਹੜੇ ਸੀ ਸਰਕਾਰ ਵਾਲੇ ਕਹਿਣ ਲੱਗੇ ਕੈਨੇਡਾ ਦੇ ਦੇਖੋ ਸਾਨੂੰ ਲੱਗਦਾ ਹੈ ਕਿ 1 ਮਿਲੀਅਨ ਜਿਹੜੇ ਹੋਰ ਲੋਕ ਇੱਥੇ ਵਾਧੂ ਹੋ ਸਕਦੇ ਨੇ 1 ਮਿਲੀਅਨ ਭਾਵ 10 ਲੱਖ ਲੋਕ ਹੋ ਸਕਦੇ ਜੋ ਟੈਂਪਰੇਰੀ ਫੋਰਨ ਵਰਕਰ ਨੇ ਸਟੂਡੈਂਟ ਨੇ ਜਿਨ੍ਹਾਂ ਨੇ ਆਪਣੇ ਨਾਮ ਦਰਜ ਨਹੀਂ ਕਰਵਾਏ ਤੇ ਉਹ ਇੱਥੋਂ ਗਏ ਵੀ ਨਹੀਂ ਕੈਨੇਡਾ ਵਿੱਚੋਂ ਤੇ ਉੱਥੇ ਜਦੋਂ ਕੈਨੇਡਾ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਇਹ ਗੱਲ ਕਰ ਰਹੇ ਸੀ ਸਰਕਾਰ ਦੇ ਸੈਨੇਟਰ ਮੈਂਬਰ ਪਾਰਲੀਮੈਂਟ ਤੇ ਇਹਨਾਂ ਦੇ ਮინისტრਾਂ ਨੇ ਇਹ ਗੱਲ ਕਹੀ ਤੇ ਕੁਝ ਮਾਹਰ ਉੱਠ ਪਏ ਜਿਨ੍ਹਾਂ ਵਿੱਚੋਂ ਕੈਨੇਡੀਅਨ ਇੰਪੀਰੀਅਲ ਬੈਂਕ ਆਫ ਕਾਮਰਸ ਦੇ ਸੀਏਬੀਸੀ ਦੇ ਜਿਹੜੇ ਮਾਹਰ ਸੀ ਉਹਨਾਂ ਨੇ ਗੱਲ ਕੀਤੀ ਕਿ ਨਹੀਂ ਭਾਈ ਤੁਹਾਡਾ ਅੰਦਾਜ਼ਾ ਅਦੇ ਵੀ ਗਲਤ ਹੈ ਇਹ ਇਸ ਤੋਂ ਕਿਤੇ ਜ਼ਿਆਦਾ ਨਹੀਂ 1 ਮਿਲੀਅਨ ਤੋਂ ਵੀ ਜ਼ਿਆਦਾ ਨਹੀਂ ਜਿਨ੍ਹਾਂ ਨੇ ਆਪਣੇ ਨਾਮ ਦਰਜ ਨਹੀਂ ਕਰਵਾਏ ਤੇ ਫਿਰ ਜਲਦੀ ਰਿਪੋਰਟ ਆ ਗਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਰੀਕਾ ਬਦਲਿਆ ਜਦੋਂ ਅਸੀਂ ਗਿਣਤੀ ਮਿਲਤੀ ਕੀਤੀ ਹੈ ਨਾ ਇਹ ਨਹੀਂ ਕਿ ਅਸੀਂ ਕਿ ਉਹਨਾਂ ਤੋਂ ਅਸੀਂ ਨਹੀਂ ਸੀ ਪੁੱਛਿਆ ਕਿ ਤੁਸੀਂ ਕੌਣ ਹੋ ਪਾਈ ਤੁਸੀਂ ਕਿਵੇਂ ਹੋ ਪਰ ਉਹਨਾਂ ਦੀ ਓਵਰঅল ਗਣਤੀ ਤਾਂ ਸੀਗੀ ਨਾ ਕਿ ਕਿੰਨੇ ਇੱਥੇ ਪਿਛਲੇ ਸਾਲਾਂ ਦੇ ਵਿੱਚ ਆਏ ਤੇ ਕਿੰਨੇ ਵਾਪਸ ਨਹੀਂ ਗਏ ਉਹਨਾਂ ਦੀ ਜਦੋਂ ਗਣਤੀ ਕੀਤੀ ਗਈ ਤੇ ਉਹ 20 ਲੱਖ ਤੋਂ ਟੱਪ ਗਈ ਭਾਵ 2 ਮਿਲੀਅਨ ਤੋਂ ਜ਼ਿਆਦਾ ਹੈ ਸੋ ਕੈਨੇਡਾ ਸਰਕਾਰ ਨੇ ਹਰ ਸਾਲ 5 ਲੱਖ ਤੋਂ ਵੱਧ ਇਮੀਗ੍ਰੈਂਟ ਲਿਆਉਣ ਦਾ ਜਿਹੜਾ ਟੀਚਾ ਰੱਖਿਆ ਹੋਇਆ ਤੇ ਇਸ ਤੋਂ ਇਲਾਵਾ ਸਟੂਡੈਂਟਸ ਜਿਹੜੇ ਨੇ ਹਜ਼ਾਰ ਲੱਖਾਂ ਦੀ ਗਣਤੀ ਵਿੱਚ ਹਰ ਸਾਲ ਆਉਂਦੇ ਨੇ ਇੱਥੇ ਉਹਨਾਂ ਦਾ ਟੀਚਾ ਜਿਹੜਾ ਰੱਖਿਆ ਹੋਇਆ ਉਹਨਾਂ ਸਾਰਿਆਂ ਤੇ ਇਸ ਰਿਪੋਰਟ ਦੇ ਨਾਲ ਅਸਰ ਪੈਣ ਵਾਲਾ ਹੈ ਉਹ ਪੈਣ ਵਾਲਾ ਕੀ ਐ ਸਰ ਕਿ ਹੋ ਸਕਦਾ ਇਹਨਾਂ ਦੀ ਗਿਣਤੀ ਘਟਾਈ ਜਾਵੇ ਉਹਦੇ ਕਾਰਨ ਇਹ ਨਹੀਂ ਹੁਣ ਭਾਰਤ ਵਿੱਚ ਲੋਕ ਸੋਚਣਗੇ ਕਿ ਇਹ ਬੈਠ ਕੇ ਗੱਲਾਂ ਕਰੀ ਜਾਂਦੇ ਨੇ ਕਿ ਕਿਉਂ ਗਿਣਤੀ ਕਿਉਂ ਘਟਾਉਣੀ ਹੈ ਭਾਈ ਕੈਨੇਡਾ ਦੇ ਵਿੱਚ ਅਫੋਰਡੇਬਲ ਹਾਊਸਿੰਗ ਤੇ ਮਹਿੰਗਾਈ ਨੇ ਐਸੀ ਮਾਰ ਮਾਰੀ ਐ ਜਿਸ ਕਰਕੇ ਸਰਕਾਰ ਨੂੰ ਚਿੰਤਾ ਹੋ ਰਹੀ ਐ ਕਿ ਜਿੰਨੇ ਲੋਕ ਅਸੀਂ ਬੁਲਾ ਰਹੇ ਹਾਂ ਠੀਕ ਐ ਵਰਕ ਫੋਰਸ ਦੀ ਲੋੜ ਐ ਕਿ ਕਹਿੰਦੇ ਨੇ ਕਿ ਸਾਨੂੰ ਕੰਮਿਆਂ ਦੀ ਲੋੜ ਐ ਸਾਨੂੰ ਜਵਾਨ ਕੰਮਿਆਂ ਦੀ ਲੋੜ ਐ ਤੇ ਸਾਨੂੰ ਲੱਭਣੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਸਾਡੀ ਇੱਕ ਪੋਪੂਲੇਸ਼ਨ ਜਿਹੜੀ ਐ ਬਜ਼ੁਰਗ ਹੋ ਰਹੀ ਐ ਪਰ ਇੰਨੀ ਜ਼ਿਆਦਾ ਗਿਣਤੀ ਸਾਡੀ ਇੱਥੇ ਮੌਜੂਦ ਹੋਵੇ ਕਿ ਸਾਨੂੰ ਵੀ ਅੰਦਾਜ਼ਾ ਲੇ ਤੇ ਉਹਨਾਂ ਲਈ ਰਹਿਣ ਬਸੇਰਾ ਵੀ ਚਾਹੀਦਾ ਉਹਨਾਂ ਨੂੰ ਸੈੱਟ ਕਰਨ ਨੂੰ ਥਾਂ ਵੀ ਚਾਹੀਦੀ ਉਹਨਾਂ ਨੂੰ ਨੌਕਰੀ ਤੇ ਚਲੋ ਅਵੇਲੇਬਲ ਹੋਜੋ ਤੇ ਪਰ ਉਹਨਾਂ ਲਈ ਖਾਣ ਨੂੰ ਫੂਡ ਵੀ ਸਸਤਾ ਚਾਹੀਦਾ ਉਹ ਇਨਫਲੇਟ ਹੋ ਗਈਆਂ ਚੀਜ਼ਾਂ ਕਰਾਨੀਆਂ ਕੀਮਤਾਂ ਇੰਨੀ ਜ਼ਿਆਦਾ ਵਧ ਗਈਆਂ ਕਿ ਕੈਨੇਡੀਅਨ ਸਰਕਾਰ ਨੂੰ ਬ੍ਰੇਕਾਂ ਲਾਉਣੀਆਂ ਪਈਆਂ ਬ੍ਰੇਕਾਂ ਕਿਸ ਤਰੀਕੇ ਨਾਲ ਲਾਈਆਂ ਇੰਟਰਸਟ ਰੇਟ ਵਧਾ ਕੇ ਇੰਟਰਸਟ ਰੇਟ ਇੰਨੇ ਜ਼ਿਆਦਾ ਵਧੇ ਉਹ ਸਾਰੀ ਦੁਨੀਆ ਵਿੱਚ ਵੈਸੇ ਤਾਂ ਵਧੇ ਨੇ ਪਰ ਕੈਨੇਡਾ ਸਰਕਾਰ ਨੇ ਜਦੋਂ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵ ਤੇ ਫਿਰ ਉਸ ਦੀ ਜੀ ਦਾ ਅਸਰ ਪਿਆ ਹੁਣ ਆਉਨੇ ਆ ਤੁਸੀਂ ਕਹੋਗੇ ਕਿ ਭਾਰਤ ਦੇ ਨਾਲ ਸਬੰਧਾਂ ਦਾ ਇਸ ਇਸ ਦਾ ਕੀ ਅਸਰ ਹੈ ਜੀ ਜਦੋਂ ਸਾਡੀਆਂ ਕਾਮਨਾਵਾਂ ਆਸ਼ਾਵਾਂ ਵੱਧ ਜਾਂਦੀਆਂ ਨੇ ਤੇ ਫਿਰ ਜ਼ਾਹਿਰਾ ਤੌਰ ਤੇ ਫਰਕ ਪੈਂਦਾ ਤੁਸੀਂ ਪੰਜਾਬ ਵਿੱਚ ਅੱਜ ਕਿਤੇ ਚਲੇ ਜਾਓ ਕਿਸੇ ਇੱਕ ਖੁੱਲੀ ਡੁੱਲੀ ਮਾਰਕੀਟ ਦੇ ਵਿੱਚ ਖੜੇ ਹੋ ਜਾਓ ਜਿੰਨੀਆਂ ਉੱਥੇ ਸ਼ਾਪਸ ਹੋਣਗੀਆਂ ਜੇ ਉੱਥੇ ਜੇ 100 ਸ਼ਾਪ ਹੋਵੇਗੀ 10 ਦੇ ਵਿੱਚੋਂ ਇਮੀਗ੍ਰੇਸ਼ਨ ਵਾਲੇ ਹੈਗੇ ਨਾ ਵੱਡੇ ਵੱਡੇ ਆਫਿਸ ਨੇ ਕਿਵੇਂ ਟੀਵੀ ਪ੍ਰੋਗਰਾਮ ਚੱਲਦੇ ਨੇ ਇਮੀਗ੍ਰੇਸ਼ਨ ਵਾਲਿਆਂ ਦੇ ਨਾਂ ਤੇ ਕਿਵੇਂ ਉਹਨਾਂ ਦਾ ਸਿਸਟਮ ਚੱਲਦਾ ਤੇ ਫਰਾਡ ਵੀ ਬੜੇ-ਬੜੇ ਵੱਡੇ ਸਾਹਮਣੇ ਆਏ ਨੇ ਤੇ ਪੰਜਾਬ ਦੇ ਵਿੱਚ ਜਿੰਨੀ ਨੌਲੇਜ ਐ ਇਸ ਵੇਲੇ ਪਲੱਸ 2 ਚ ਪੜ੍ਹਦੇ ਬੱਚੇ ਨੂੰ ਆ ਕਿ ਕਿਵੇਂ ਜਾਣਾ ਹੈ ਕਿੰਨੇ ਨੰਬਰ ਚਾਹੀਤੇ ਨੇ ਕਿੱਥੇ ਜੈਨੇ ਕਿਹੜੇ-ਕਿਹੜੇ ਕਾਲਜ ਨੇ ਉਹ ਸਾਰੀਆਂ ਚੀਜ਼ਾਂ ਤੇ ਅਸਰ ਪਵੇਗਾ ਉਹ ਆ ਜਿਹੜਾ ਨਵਾਂ ਫੈਸਲਾ ਪਾਰਾ ਸਰਕਾਰ ਨੇ ਲਿਆ ਹੂੰ ਗੱਲ ਤੇ ਇਥੋਂ ਰੌਲਾ ਪਿਆ ਸੀ ਕਿ ਹਰਦੀਪ ਸਿੰਘ ਨਿੱਜਰ ਦਾ ਜਦੋਂ ਕਤਲ ਹੁੰਦਾ ਤੇ ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਪਾਰਲੀਮੈਂਟ ਵਿੱਚ ਖੜੇ ਹੋ ਕੇ ਪਾਰਾ ਸਰਕਾਰ ਤੇ ਇਲਜ਼ਾਮ ਲਾ ਦਿੱਤਾ ਕਿ ਪਾਰਾ ਸਰਕਾਰ ਦਾ ਇਸ ਵਿੱਚ ਹੱਥ ਹੈ ਤੇ ਅਸੀਂ ਉਹਨਾਂ ਦਾ ਇੱਕ ਡਿਪਲੋਮੈਟ ਜਿਹੜਾ ਇਥੋਂ ਕੱਢ ਰਹੇ ਆ ਆਪਣੇ ਮੁਲਕ ਦੇ ਵਿੱਚੋਂ ਉਹ ਡਿਪਲੋਮੈਟ ਹੋਣਾ ਨੇ ਕਟਿਆ ਤੇ 24 ਘੰਟੇ ਨਹੀਂ ਪਏ ਤੇ ਭਾਰਤ ਨੇ ਵੀ ਇੱਕ ਡਿਪਲੋਮੈਟ ਨੂੰ ਉੱਥੋਂ ਛੁੱਟੀ ਕਰ ਦਿੱਤੀ ਹੈ ਪਰ ਭਾਰਤ ਸਰਕਾਰ ਉੱਥੇ ਰੁਕੀ ਨਹੀਂ ਉਸ ਤੋਂ ਬਾਅਦ ਕੈਨੇਡਾ ਵਾਲੇ ਤਾਂ ਰੁਕ ਗਏ ਹਾਲਾਂਕਿ ਕੁਝ ਦੇਸ਼ੜੇ ਨੇ ਕੈਨੇਡਾ ਦੀ ਹਮਾਇਤ ਤੇ ਆਏ ਪਰ ਭਾਰਤ ਦੇ ਵਿੱਚ ਮੀਡੀਆ ਨੇ ਬੜਾ ਜ਼ੋਰਦਾਰ ਤਰੀਕੇ ਨਾਲ ਪ੍ਰਚਾਰ ਕੀਤਾ ਭਾਰਤ ਸਰਕਾਰ ਦੇ ਹੱਕ ਵਿੱਚ ਤੇ ਉਹ ਖਾਲਿਸਤਾਨਾਤਵਾਦ ਸਾਰੇ ਮੁੱਦੇ ਦੁਬਾਰਾ ਸੁਰਜੀਤ ਹੋਏ ਜਿਨ੍ਹਾਂ ਨੇ ਅੱਜ ਤੋਂ 20 ਸਾਲ ਪਹਿਲਾਂ ਸਾਰਾ ਕੁਝ ਵੇਖਿਆ ਹੋਇਆ ਉਹ ਜਿਹੜੇ ਸੁਰਜੀਤ ਹੋਏ ਮੁੱਦੇ ਨੇ ਫਿਰ ਲੋਕਾਂ ਦੇ ਸਾਹਮਣੇ ਆ ਗਏ ਤੇ ਹੁਣ ਉਹਦਾ ਅਸਰ ਉੱਥੇ ਰੁਕੀ ਨਹੀਂ ਪਹਿਲਾਂ ਤਾਂ ਭਾਰਤ ਸਰਕਾਰ ਨੇ ਕੈਨੇਡੀਅਨਾਂ ਨੂੰ ਵੀਜ਼ੇ ਦੇਣੇ ਬੰਦ ਕੀਤੇ ਜੇ ਉਹਨਾਂ ਨੇ ਇਹੋ ਹੀ ਕਿਹਾ ਸੀ ਕਿ ਸਾਡੇ ਜਿਹੜੇ ਜਿਹੜੇ ਇੱਥੇ ਕੌਂਸੂਲੇਟ ਆਫਿਸ ਲਏ ਨੇ ਜਾਂ ਸਾਡੀ ਐਮਬੈਸੀ ਹੈ ਜੇ ਉਹਨਾਂ ਦੇ ਸੁਰੱਖਿਆ ਉਹਨਾਂ ਦਾ ਸਟਾਫ ਦੀ ਪ੍ਰੋਪਰ ਸੁਰੱਖਿਆ ਨਹੀਂ ਹੋ ਰਹੀ ਤੇ ਕੈਨੇਡਾ ਸਰਕਾਰ ਉਹਨੇ ਦੀ ਰੱਖਿਆ ਨਹੀਂ ਪ੍ਰੋਪਰ ਤਿਕਨਾ ਕਰ ਰਹੀ ਤੇ ਸਾਡਾ ਉੱਥੇ ਕੰਮ ਕਰਨਾ ਵਾਜਬ ਨਹੀਂ ਤੇ ਦੂਸਰਾ ਪਾਸਾ ਇਹ ਵੀ ਹੈ ਕਿ ਕੈਨੇਡੀਅਨ ਜਿਹੜੇ ਹੋਰ ਨਾ ਮੁਲਕਾਂ 'ਚ ਰਹਿ ਰਹੇ ਭਾਬ ਜਿਹੜੇ ਯੂ ਐਸ ਏ ਦੇ ਵਿੱਚੋਂ ਇਸ ਤਰ੍ਹਾਂ ਹੁਣ ਕੈਨੇਡਾ ਦੇ ਨਾਲ ਯੂ ਐਸ ਏ ਦਾ ਬਾਰਡਰ ਲੱਗਦਾ ਕ੍ਰੇਡਾ ਵਾਲੇ ਤੇ ਜਿਹੜੇ ਕੈਨੇਡੀਅਨ ਭਾਰਤੀ ਨੇ ਪੰਜਾਬੀ ਨੇ ਉਹ ਕਹਿੰਨ ਕਿ ਚਲੋ ਸਾਨੂੰ ਇੱਥੇ ਵਾਲੇ ਦਫ਼ਤਰ ਬੰਦ ਕੀਤੇ ਯੂਐਸਏ ਵਾਲੇ ਦਾ ਖੁੱਲੇ ਨੇ ਉੱਥੋਂ ਜਾ ਕੇ ਵੀਜ਼ਾ ਦੇ ਦਿਓ ਉਹ ਦਫ਼ਤਰ ਵੀ ਬੰਦ ਨੇ ਇੰਗਲੈਂਡ ਵਾਲੇ ਵੀ ਜਾ ਕੇ ਜੇ ਉੱਥੇ ਜਾ ਕੇ ਕਹਿੰਨ ਕਿ ਸਾਨੂੰ ਇੰਡੀਆ ਦਾ ਵੀਜ਼ਾ ਲਾ ਦਿਓ ਉੱਥੋਂ ਵੀ ਨਹੀਂ ਲੱਗਿਆ ਪਰ ਜਿਸ ਕੋਲ ਕੈਨੇਡੀਅਨ ਪਾਸਪੋਰਟ ਹੈ ਉਹਨਾਂ ਨੂੰ ਇੰਡੀਆ ਦਾ ਵੀਜ਼ਾ ਲੱਗਣਾ ਬੰਦ ਕੀਤਾ ਹੋਇਆ ਹਾਂ ਉਹ ਜਾ ਸਕਦੇ ਨੇ ਜਿਨ੍ਹਾਂ ਦੇ ਪਹਿਲਾਂ ਲੱਗੇ ਹੋਏ ਨੇ ਵੀਜ਼ੇ ਲੰਬੇ ਸਮੇਂ ਦੇ ਜਿਨ੍ਹਾਂ ਕੋਲ ਪੀਆਈਓ ਹੈ ਪਰਸਨ ਆਫ ਇੰਡੀਅਨ origin ਦਾ ਕਾਰਡ ਹੈ ਜਾਂ ਓਸੀਆਈ ਹੈ ਓਵਰਸੀਨ ਸ਼ਿਪ ਆਫ ਇੰਡੀਆ ਹੈ ਜਿਹੜ ਉਹ ਜਿਹਦੇ ਕੋਲ ਪਾਸਪੋਰਟ ਵਰਗੀ ਕਾਪੀ ਆ ਉਹ ਜਾ ਸਕਦਾ ਕਿਉਂਕਿ ਉਹਦੇ ਕੋਲ ਲਾਈਫਟਾਈਮ ਹੈ ਇਸ ਤੋਂ ਇਲਾਵਾ ਰੋਕਟੋ ਕੋਈ ਨਹੀਂ ਆ ਪਰ ਲੋਕਾਂ ਦੇ ਦਿਲਾਂ ਦੇ ਤੜਕੂ ਵਧ ਗਏ ਸਿਆਲ ਆਉਣ ਵਾਲਾ ਹੈ ਸਵਲীন ਸਿਆਲ ਦੇ ਵਿੱਚ ਪੰਜਾਬੀ ਜਿਹੜੇ ਨੇ ਪਰ ਜਿਹੜੇ ਨੇ ਭਾਰਤ ਦਾ ਪੰਜਾਬ ਦਾ ਦੌਰਾ ਕਰਦੇ ਨੇ ਹੋਰ ਭਾਰਤੀ ਲੋਕ ਵੀ ਜਾਂਦੇ ਨੇ ਕਿਉਂਕਿ ਮੌਸਮ ਸੋਹਣਾ ਹੋ ਜਾਂਦਾ ਉੱਥੇ ਤੇ ਉਸ ਦੇ ਵਿੱਚ ਵਿਆਹ ਸ਼ਾਦੀਆਂ ਸ਼ਾਮਲ ਹੋਣਾ ਚਲੋ ਆਪਣੇ ਬੱਚਿਆਂ ਦੇ ਵਿੱਚ ਵੀ ਇੰਨੇ ਹੁਣ ਨਾਂ ਵੀ ਕਿਸੇ ਨੇ ਕਰਨ ਜਾਣਾ ਹੋਵੇ ਪਰ ਸੱਜਣਾ ਮਿੱਤਰਾਂ ਦੇ ਹੋਰ ਸਾਰਿਆਂ ਦੇ ਤੇ ਜਾਣਾ ਪੈਂਦਾ ਸੋ ਉਹ ਕਿਵੇਂ ਜਾਣਗੇ ਹੁਣ ਅੱਛਾ ਹੁਣ ਇੱਥੇ ਇਹ ਵੀ ਨਹੀਂ ਦੱਸਿਆ ਕਿ ਕਿਸੇ ਦੇ ਸੱਜਣ ਪਿਆਰੇ ਦੀ ਜੇ ਅਕਸਰ ਹੁੰਦਾ ਕਿ ਭੱਜਦੇ ਆ ਸੀ ਜਦੋਂ ਕੋਈ ਬੁਰੀ ਖਬਰ ਆਉਂਦੀ ਆ ਕਿਸੇ ਸਕੇ ਸਬੰਧੀਆਂ ਦੀ ਪਰਿਵਾਰਕ ਮੈਂਬਰ ਦੀ ਕਿਸੇ ਮਾਂ ਬਾਪ ਦੀ ਭੈਣ ਭਾਈ ਦੀ ਮੌਤ ਹੋ ਜਾਂਦੀ ਆ ਖੁਦਾਨਾ ਖਾਸਤਾ ਉਹ 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 ਵੀ ਜਿਹੜੀ ਇਸ ਤਰ੍ਹਾਂ ਦੀ ਖਬਰ ਆ ਫਿਰ ਕਿ ਉਸ ਹੰਗਾਮੀ ਹਾਲਤ ਵਿੱਚ ਵੀ ਵੀਜ਼ਾ ਨਹੀਂ ਦਿੱਤਾ ਜਾਵੇਗਾ ਇਹ ਬੜੀਆਂ ਡੂੰਘੀਆਂ ਗੱਲਾਂ ਨੇ ਇਸ ਨਾਲ ਇਹ ਸਿਰਫ ਵਪਾਰਕ ਰਿਸ਼ਤੇ ਨਹੀਂ ਜਿਹੜੇ ਨੇ ਆਰਥਿਕ ਰਿਸ਼ਤੇ ਨਹੀਂ ਇਨ ਨਾਲ ਪੋਲਿਟੀਕਲ ਰਾਜਨੀਤਿਕ ਰਿਸ਼ਤੇ ਨਹੀਂ ਬਲਕਿ ਸਮਾਜਿਕ ਤਾਣਾ ਬਾਣਾ ਵੀ ਖਿਲਣਾ ਸਵਲੀਨ ਸੋ ਇਹ ਜਿਹੜਾ ਨਵਾਂ ਫੈਸਲਾ ਅੱਜ ਭਾਰਤ ਸਰਕਾਰ ਨੇ ਕੀਤਾ ਕਿ 41 سفیر ਜਿਹੜੇ ਨੇ ਡਿਪਲੋਮੈਟ ਉਹਨਾਂ ਨੂੰ ਕਹ ਦਿੰਦਾ ਹੈ سفیر ਜਿਹੜੇ ਡਿਪਲੋਮੈਟ ਇੱਕ ਤੇ ਬੇਸਿਕਲੀ ਇੰਵੈਸਟਰ ਹੁੰਦਾ ਹੈ ਉਸ ਦੇ ਥੱਲੇ ਫਿਰ ਕੰਮ ਕਰਨ ਵਾਲੇ ਹੋਰ ਅਹੁਦੇਦਾਰ ਹੁੰਦੇ ਨੇ ਔਰ ਉਸ ਦੇ ਵਿੱਚ ਡਿਪਲੋਮੈਟ ਜਿਹੜੇ ਨੇ ਰਾਜਦੂਤ ਕਿਸਮ ਦੇ ਲੋਕ ਜਿਹੜੇ ਹੁੰਦੇ ਨੇ ਜੋ ਜੋ ਕੰਮ ਕਰਦੇ ਨੇ ਉੱਥੇ ਕੈਨੇਡਾ ਦੇ ਬਹੁਤ ਸਾਰੇ ਡਿਪਲੋਮੈਟ ਜਿਹੜੇ ਨੇ ਉਹ ਕੈਨੇਡਾ ਉਹ ਇੰਡੀਆ ਦੇ ਵਿੱਚ ਕੰਮ ਕਰਦੇ ਨੇ ਕਿਉਂ ਕਿਉਂਕਿ ਉਥੇ ਵੀਜ਼ਾ ਪ੍ਰੋਸੈਸਿੰਗ ਹੋਰ ਸਾਰੀਆਂ ਕੰਮਕਾਜ ਦਾ ਬਹੁਤ ਵੱਡਾ ਲਾਈਨਾਂ ਤੇ ਲੱਗੀਆਂ ਰਹਿੰਦੀਆਂ ਨੇ ਜੇ ਪੰਜਾਬ ਵਿੱਚ ਥਾਂ ਥਾਂ ਤੇ ਆਫਿਸ ਖੁੱਲੇ ਹੋਏ ਨੇ ਤੇ ਉਹਨਾਂ ਨੂੰ ਪ੍ਰੋਸੈਸ ਕਰਨ ਵਾਲਾ ਕੈਨੇਡੀਅਨ ਅੰਬੈਸੀ ਦਾ ਤੇ ਕੌਂਸਲੇਟ ਦਾ ਆਫਿਸ ਕਿ ਉਹ ਜਾ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਲਾਈਨਾਂ ਲੱਗੀਆਂ ਹੋਣਗੀਆਂ ਉਥੇ ਕੰਮ ਕਰਨ ਵਾਲਿਆਂ ਦੀਆਂ ਜ਼ਾਹਿਰ ਹੈ ਇੰਡੀਆ ਦੇ ਵੀ ਲੋਕ এমਪਲਾਈ ਹੋਣਗੇ ਉਹਦੇ ਪਰ ਉਹਨਾਂ ਵਿੱਚੋਂ ਪਰ ਸਰਕਾਰ ਨੇ ਕਹਿ ਦਿੱਤਾ ਕਿ ਤੁਹਾਡੇ ਇੰਨੇ ਬੰਦੇ ਬਾਧੂ ਨੇ ਉਹਨੇ ਕ ਰੱਖੋ ਜਿੰਨੇ ਕ ਅਸੀਂ ਕੈਨੇਡਾ ਵਿੱਚ ਰੱਖੇ ਹੋਏ ਨੇ ਆ ਕਟਾਲੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਤਰੀਕ ਤੱਕ ਇਹ ਮੁਲਕ ਛੱਡ ਜਾਓ ਤੁਸੀਂ ਆਪਣੀ ਇਸਵਾਮਾ ਬੰਦ ਕਰ ਦਿਓ ਨਹੀਂ ਤਾਂ ਤੁਹਾਡਾ ਇੱਥੇ ਜੋ ਡਿਪਲੋਮੈਟਿਕ ਇੱਕ ਉਹਨਾਂ ਕੋਲ ਵੀਜ਼ਾ ਵੀ ਡਿਪਲੋਮੈਟਿਕ ਹੁੰਦਾ ਡਿਪਲੋਮੈਟਿਕ ਸੂਲਤਾਂ ਹੁੰਦੀਆਂ ਨੇ ਰਹਿਤਾਂ ਹੁੰਦੀਆਂ ਨੇ ਉਹ ਸਾਰੀਆਂ ਅਸੀਂ ਬੰਦ ਕਰ ਦੇਣੀਆਂ ਨੇ ਤੇ ਇੱਕ ਸਮਦਾ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਆਪਣਾ ਕੰਮ ਬੰਦ ਕਰ ਦਿਓ ਸੋ ਭਾਰਤ ਸਰਕਾਰ ਕੈਨੇਡਾ ਸਰਕਾਰ ਨੇ ਇੱਕ ਕਦਮ ਪੁੱਟਿਆ ਸੀ ਕਿ ਭਾਰਤ ਸਰਕਾਰ ਨੇ ਕਦਮ ਪੁੱਟਿਆ ਉਸ ਤੋਂ ਬਾਅਦ ਕੈਨੇਡਾ ਸਰਕਾਰ ਤੇ ਉੱਥੇ ਖੜੀ ਹੈ ਅਜੇ ਤੱਕ ਇਹ ਇਹ ਜ਼ਰੂਰ ਕਿਹਾ ਕਿ ਭਾਰਤ ਇਹ ਨਾ ਇਹਨਾਂ ਜਿਹੜੇ ਮੁੱਦਿਆਂ ਨੂੰ ਸੀਰੀਅਸਲੀ ਲਵੇ ਪਰ ਭਾਰਤ ਸਰਕਾਰ ਇੱਕ ਦੋਸ ਤਿੰਨ ਸਟੈਪ ਅੱਗੇ ਚਲੇ ਗਈ ਹੈ ਇਹ ਤਣਾ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਤੇ ਉਹ ਕਵਾਂਗੇ ਪੰਜਾਬੀ ਹੋਣ ਦੇ ਨਾਤੇ ਸਾਰਿਆਂ ਦੇ ਸਾਡੇ ਜੁੜੇ ਹੋਏ ਨੇ ਔਰ ਦੁਆ ਕਰਦੇ ਕਿ ਦੋਵੇਂ ਦੇਸ਼ ਜਿਹੜੇ ਨੇ ਲੋਕਤੰਤਰੀਕ ਦੇਸ਼ ਨੇ ਔਰ ਜੇ ਇਹਨਾਂ ਦੇ ਕੋਈ ਡਿਫਰੈਂਸਸ ਆਏ ਨੇ ਉਹਨੂੰ ਬੈਠ ਕੇ ਮਟਾਉਣ ਔਰ ਗਾਂਵਾਂ ਵਾਸਤੇ ਜਿਹੜੇ ਆ ਉਹਨਾਂ ਦੇ ਰਸਤੇ ਖੋਲਣ ਇਹ ਜਿਹੇ ਜਿਹੜੇ ਸਬੰਧ ਨੇ ਇਹ ਇਹ ਬਹੁਤ ਔਖਿਆ ਕਰਨਗੇ ਸਾਨੂੰ ਜੀ ਕੈਨੇਡਾ ਇੱਕ ਐਦਾਂ ਦਾ ਮੁਲਕ ਹੈ ਵੀ ਜਿਹੜਾ ਕਿਸੇ ਨੂੰ ਤੱਕਾ ਨਹੀਂ ਦਿੰਦਾ ਕੋਈ ਇੱਥੇ ਮਿਲਣ ਵੀ ਕਿਸੇ ਨੂੰ ਆ ਜੇ ਤੇ ਉਹਦੇ ਵੀ ਰਹਿਣ ਦਾ ਵਸੀਲਾ ਇਹ ਕਰ ਦਿੰਦਾ ਪਹਿਲਾਂ ਗੱਲਾਂ ਹੋਰ ਹੀ ਪਰ ਅੱਜ ਸਮਾਂ ਬਦਲ ਗਿਆ ਹਰ ਬੰਦਾ ਚਾਹੁੰਦਾ ਵੀ ਜਿਹੜੀ ਮੇਰੇ ਸਿਰ ਤੇ ਛਾਤੇ ਆ ਉਹ ਮੇਰੀ ਆਪਣੀ ਹੋਵੇ ਖੈਰ ਇਥੇ ਹੁਣ ਕਰ ਲੈਣੇ ਵੀ ਬਹੁਤ ਔਖੇ ਹੋ ਗਏ ਨੇ ਹਿਰਸਾ ਮੈਂ ਅਲਬਰਟਾ ਦੇ ਸ਼ਹਿਰ ਕੈਲਗਰੀ ਦੀ ਗੱਲ ਕਰਨਾ ਇਥੇ ਪਸੰਦ ਕਰੂੰਗੀ ਇਸ ਵੇਲੇ ਜਿਹੜਾ ਮਾਹੌਲ ਹੈ ਕੈਲਗਰੀ ਵੱਲ ਬਹੁਤ سارے ਲੋਕ ਮੂਵ ਹੋ ਰਹੇ ਨੇ ਕੈਲਗਰੀ ਦੇ ਰਹਿਣ ਸਹਿਣ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਲੋਕਾਂ ਦੀ ਖਿੱਚ ਦਾ ਕੇਂਦਰ ਇਸ ਵੇਲੇ ਕਿਉਂ ਆ ਕੈਲਗਰੀ ਪਿੱਛੇ ਜੇ ਜੂਨ ਦੇ ਵਿੱਚ ਸਵਲਿਨਿਕ ਰਿਪੋਰਟ ਆਈ ਸੀ ਇਕਨੋਮਿਕ ਇੰਟੈਲੀਜੈਂਸ ਗਰੁੱਪ ਵੱਲੋਂ ਜਿਸਨੇ ਜਿਹੜੇ ਵਿਸ਼ਵ ਦੇ 10 ਰਹਿਣ ਯੋਗ ਵਧੀਆ ਸ਼ਹਿਰ ਸੀ ਨਾ ਮੋਸਟ ਲਿਵੇਬਲ ਸਿਟੀ ਉਹਨਾਂ ਵਿੱਚ ਕੈਲਗਰੀ ਨੂੰ ਇੱਕ ਠੀਕ ਠਾਕ ਸੱਤਵਾਂ ਸਥਾਨ ਮਿਲਿਆ ਸੀ ਕੈਨੇਡਾ ਹੀ ਇੱਕ ਅਜਿਹਾ ਮੁਲਕ ਸੀ ਜਿਸ ਦੇ ਤਿੰਨ ਸ਼ਹਿਰਾਂ ਨੂੰ ਉਪਰਲੇ 10 ਵਿੱਚ ਥਾਂ ਮਿਲੀ ਸੀ ਉਹ ਸੀ ਵੈਨਕੂਵਰ ਕੈਲਗਰੀ ਤੇ ਟੋਰਾਂਟੋ ਟੋਰਾਂਟੋ ਨੂੰ ਨੌਵਾਂ ਸੀ ਵੈਨਕੂਵਰ ਨੂੰ ਸ਼ਾਇਦ ਤੀਸਰਾ ਸੀ ਤੇ ਕੈਲਗਰੀ ਨੂੰ ਜਿਹੜਾ ਮੈ ਕੈਲਗਰੀ ਦੀ ਗੱਲ ਕਰਦੇ ਆ ਅਸੀਂ ਕੈਲਗਰੀ ਇੱਕ ਤਾਂ ਇਹ ਹੈ ਕਿ ਇਹ ਨੂੰ ਪ੍ਰੇਰੀ ਪ੍ਰੋਵਿੰਸ ਕਹਿੰਦੇ ਨੇ ਪ੍ਰੇਰੀ ਸੂਬੇ ਨੇ ਕੈਨੇਡਾ ਦੇ ਤਿੰਨ ਸੂਬੇ ਨੇ ਉਹਨਾਂ ਵਿੱਚੋਂ ਇੱਕ ਜਿਹੜਾ ਅਲਬਰਟਾ ਸੂਬਾ ਉਹਦਾ ਸ਼ਹਿਰ ਹੈ ਕੈਲਗਰੀ ਅਲਬਰਟਾ ਦੀ ਰਾਜਧਾਨੀ ਐਡਮੰਟਨ ਹੈ ਪਰ ਵੱਡਾ ਸ਼ਹਿਰ ਕੈਲਗਰੀ ਹੈ ਕੈਲਗਰੀ ਦੀ ਗਰੋਥ ਬਹੁਤ ਜ਼ਿਆਦਾ ਹੋਈ ਹੈ ਇੱਥੇ ਦੇ ਬਹੁਤ ਸਾਰੇ ਕਾਰਨ ਨੇ ਇੱਕ ਬੀਬੀਸੀ ਦੇ ਵਿੱਚ ਅੱਜ ਹੀ ਤਾਜ਼ਾ ਰਿਪੋਰਟ ਛਪੀ ਹੈ ਜਿਸ ਦੇ ਵਿੱਚ ਉਹਨਾਂ ਨੇ ਬੜੀ ਡਿਟੇਲ ਦਿੱਤੀ ਹੈ ਟੋਰਾਂਟੋ ਵੈਨਕੂਵਰ ਕੈਲਗਰੀ ਦੇ ਬਾਰੇ ਕੈਲਗਰੀ ਦੇ ਬਾਰੇ ਉਹ ਕਹਿੰਦੇ ਨੇ ਕਿ ਇਹ ਇੱਕ ਵੱਡੇ ਸ਼ਹਿਰ ਵਾਲਾ ਆਨੰਦ ਤੇ ਉਹਦੇ ਵਾਲੀ ਫੀਲ ਇੱਕ ਛੋਟੇ ਇੱਕ ਠੀਕ ਠਾਕ ਸ਼ਹਿਰ ਦੇ ਵਿੱਚ ਇੱਕ ਠੀਕ ਠਾਕ ਖਰਚੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਇੱਕ ਤਾਂ ਕਿ ਅਫੋਰਡੇਬਿਲਟੀ ਆ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਰਿਪੋਰਟ ਦੇ ਵਿੱਚ ਸੁਭਲੀਨ ਆਈਆਂ ਸੀ ਤੇ ਪਰ ਹੁਣ ਕੈਲਗਰੀ ਦੀ ਆਪਣੀ ਵੀ ਇੱਕ ਰਿਪੋਰਟ ਆ ਕਿ ਅਸੀਂ ਵੀ ਪੁੱਛੀਏ ਲੋਕਾਂ ਨੂੰ ਕਿ ਇਹ ਸ਼ਹਿਰ ਕਿਉਂ ਜ ਹੈ ਉਹਦੇ ਵਿੱਚ ਕੈਲਗਰੀ ਫਾਊਂਡੇਸ਼ਨ ਨੇ ਆਪਣੀ ਸਟਾਰ ਵਿੱਚ ਜਿਹੜੀ ਐਨੂਅਲ ਕੁਆਲਿਟੀ ਆਫ ਲਾਈਫ ਰਿਪੋਰਟ ਜਿਹੜੀ ਆ ਉਹ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਇਸ਼ੂਸ ਤੇ ਕੈਲਗਰੀ ਦੇ ਲੋਕਾਂ ਨੂੰ ਜਿਹੜਾ ਸਾਹਮਣਾ ਹੈ ਉਹ ਬੜੇ ਹੈਰਾਨੀਜਨ ਕਾਕੜੇ ਨੇ ਉਹਨਾਂ ਨਾਲ ਤੁਹਾਨੂੰ ਸੁਣ ਕੇ ਇੰਜ ਲੱਗੇਗਾ ਕਿ ਇੱਥੇ ਤਾਂ ਕੰਮ ਸਾਰਾ ਖਰਾਬ ਹੈ ਜਦੋਂ ਹਜ਼ਾਰਾਂ ਕਿ ਲੋਕਾਂ ਤੇ ਉਹਨਾਂ ਨੇ ਸਰਵੇ ਕੀਤਾ ਉਹਦੇ ਵਿੱਚ ਉਹ ਕਹਿੰਦੇ ਨੇ ਘਰਾਂ ਦੇ ਰਹਿਣ ਸਹਿਣ ਤੇ ਗੱਲ ਕੀਤੀ ਉਹਨਾਂ ਨੇ ਔਰ 40% ਨੇ ਕਹਿਤਾ ਕਿ ਅਸੀਂ ਘਰ ਖਰੀਦ ਨਹੀਂ ਸਕਦੇ ਸਾਡੇ ਚ ਹਿੰਮਤ ਨਹੀਂ ਔਰ ਉਹਨਾਂ ਨੇ 36% ਨੇ ਕਹਿਤਾ ਕਿ ਅਸੀਂ ਰੈਂਟ ਵੀ ਬੜੇ ਔਖੇ ਹੋ ਕੇ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਨੇ ਇਹ ਕਿਹਾ ਕਿ ਅਸੀਂ ਇਹ ਜਿਹੜਾ ਵਾਅਦਾ ਹੋ ਰਿਹਾ ਖਰਚੇ ਦੇ ਵਿੱਚ ਉਸ ਤੋਂ ਬਹੁਤ ਜ਼ਿਆਦਾ ਚਿੰਤਾਤਾਂ ਤੇ 2 ਕੁ ਸਾਲ ਪਹਿਲਾਂ ਨਾਲੋਂ ਇੱਥੇ ਹਾਲਾਤ ਜਿਹੜੇ ਨੇ ਹੋਰ ਜ਼ਿਆਦਾ ਟਾਈਟ ਹੋ ਗਏ ਨੇ ਪਰ ਇਹਦੇ ਨਾਲ ਇਹਦੇ ਵਿੱਚ ਕੁਝ ਪੋਜ਼ਿਟਿਵ ਸਾਈਨ ਵੀ ਆਏ ਨੇ 25% ਕੈਲਗੇਰੀਨੀਆਂ ਜਿਹੜਾ ਮੰਨਿਆ ਕਿ ਅਸੀਂ ਬੇਸਿਕ ਜਿਹੜੀਆਂ ਜ਼ਰੂਰਤਾਂ ਉਹ ਵੀ ਅਸੀਂ ਪੂਰੀਆਂ ਨਹੀਂ ਕਰ ਰਹੇ ਪਰ ਕੁਝ ਪੋਜ਼ਿਟਿਵ ਗੱਲਾਂ ਵੀ ਆਈਆਂ ਨੇ ਉਹਨਾਂ ਨੇ ਕਿਹਾ ਕਿ 69% ਲੋਕਾਂ ਨੇ ਕਿਹਾ ਕਿ ਇਮੋਸ਼ਨਲੀ ਅਸੀਂ ਸੋਹਣਾ ਫੀਲ ਕਰ ਰਹੇ ਆ ਸਾਨੂੰ ਕੋਈ ਇਹੋ ਜੀ ਗੱਲ ਨਹੀਂ ਸਾਨੂੰ ਸਮੱਸਿਆ ਕੋਈ ਨਹੀਂ ਔਰ ਪਿਛਲੇ ਸਾਲ ਨਾਲੋਂ ਇਸ ਰਿਪੋਰਟ ਦੇ ਵਿੱਚ ਇਹ ਇੰਪਰੂਵਮੈਂਟ ਹੈ ਤੇ ਹਰ ਇੱਕ ਨੇ ਕਿਹਾ ਕਿ ਜਿਸ ਇਲਾਕੇ ਜਿੱਥੇ ਜਿੱਥੇ ਉਹ ਰਹਿ ਰਹੇ ਨੇ ਉਸ ਇਲਾਕੇ ਤੋਂ ਆਪਣੇ ਕਵਾਂਡੀਆਂ ਤੋਂ ਆਲੇ ਦੁਆਲੇ ਤੋਂ ਖੁਸ਼ ਨੇ ਇਹ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਦੂਸਰੇ ਦੀ ਮਦਦ ਕਰਨੇ ਨੂੰ ਵੀ ਤਿਆਰ ਹਾਂ ਭਾਵੇਂ ਆਰਥਿਕ ਤੌਰ ਤੇ ਕੋਈ ਔਖੇ ਹੋਈ ਹੈ ਪਰ ਅਸੀਂ ਚੈਰਿਟੀ ਲਈ ਪੈਸਾ ਵੀ ਕੈਲਗਰੀ ਦੇ ਲੋਕ ਠੀਕ ਠਾਕ ਦੇ ਰਹੇ ਨੇ ਚੈਰਿਟੀਆਂ ਵਾਲੇ ਕੋਈ ਔਖੇ ਨਹੀਂ ਉਹਨਾਂ ਨੂੰ ਠੀਕ ਠਾਕ ਪੈਸੇ ਜਾ ਰਹੇ ਨੇ ਔਰ ਇਹਦੇ ਵਿੱਚ ਪਬਲਿਕ ਆਰਟ ਦੇ ਵਿੱਚ ਜੋ ਲੋਕਾਂ ਨੂੰ ਇੱਕ ਇੱਕ ਦੇਖ ਬਣਾਉਣੀ ਹੁੰਦੀ ਸਿਟੀ ਦੀ ਉਹਦੇ ਵਿੱਚ ਵੀ ਲੋਕਾਂ ਨੇ ਕਿਹਾ ਕਿ ਅਸੀਂ ਜਿਹੜਾ ਅਸੀਂ ਸੈਟੀਸਫਾਈਡ ਆ ਹੁਣ ਫਾਊਂਡੇਸ਼ਨ ਦੀ ਜਿਹੜੀ ਰਿਪੋਰਟ ਆਈ ਹੈ ਕੈਲਗਰੀ ਫਾਊਂਡੇਸ਼ਨ ਦੀ ਔਰ ਉਹਨਾਂ ਨੇ ਕਿਹਾ ਕਿ ਘਰ ਜਿਹੜੇ ਨੇ ਉਹ ਉਹ ਇੱਕ ਚਿੰਤਾ ਦਾ ਵਿਸ਼ਾ ਨੇ ਪਰ ਕੈਲਗਰੀ ਰੀਅਲ ਸਟੇਟ ਬੋਰਡ ਦੀ ਜੇ ਅਸੀਂ ਰਿਪੋਰਟ ਪੜ੍ਹੀਏ ਤਾਂ ਕਹਿੰਦੇ ਨੇ ਕਿ ਇਸ ਸਤੰਬਰ ਦੇ ਵਿੱਚ ਸਤੰਬਰ ਮਹੀਨਾ ਕਿਉਂਕਿ ਲੰਘ ਕੇ ਗਿਆ 2441 ਘਰਾਂ ਦੀ ਸੇਲ ਹੋਈ ਆ ਔਰ ਜਿਹੜਾ ਇਹ ਇੱਕ ਰਿਕਾਰਡ ਹੈ ਪਿਛਲੇ ਮਹੀਨੇ ਦੇ ਨਾਲੋਂ ਜ਼ਿਆਦਾ ਵੱਧ ਹੈ ਤੇ ਪਰ ਇਹਦੇ ਵਿੱਚ ਪਿਛਲੇ ਸਾਲ ਇਸੇ ਮਹੀਨੇ ਨਾਲੋਂ ਇਹ 29% ਦੀ ਜ਼ਿਆਦਾ ਸੇਲ ਹੋਈ ਹੈ 29% ਜ਼ਿਆਦਾ ਘਰ ਵਿਕੇ ਨੇ ਤੇ ਘਰ ਇੱਕ ਔਸਤ ਦੀ ਘਰ ਦੀ ਜਿਹੜੀ ਕੀਮਤ ਹੈ ਉਹ 5,70,000 ਤੇ 300 ਡਾਲਰ ਜਿਹੜੀ ਹੈ ਉਹ ਹੋ ਗਈ ਹੈ ਜੋ ਕਿ ਪਿਛਲੇ ਸਾਲ ਸਤੰਬਰ 2022 ਨਾਲੋਂ 9% ਦੀ ਵੱਧ ਗਈ ਹੈ ਪਰ ਪਿਛਲੇ ਸਾਲਾਂ ਦੇ ਲੈਵਲ ਨਾਲੋਂ ਜੇ ਟੋਟਲ ਘਰਾਂ ਦੀ ਵਿਕਰੀ ਦੀ ਗਣਤੀ ਕੀਤੀ ਜਾਵੇ ਤਾਂ ਫਿਰ ਥੋੜੀ ਜਿਹੀ ਘਟ ਹੈ ਸੋ ਕੈਲਗਰੀ ਦੇ ਬਾਰੇ ਇਹ ਹੈ ਕਿ ਇੱਥੇ ਦੀ ਸੈਨੀਟੇਸ਼ਨ ਇਸ ਦੇ ਦਾ ਆਲਾ ਦੋਲਾ ਹੈ ਤੇ ਇੱਥੇ ਦੀ ਇੱਕ ਹੋਰ ਗੱਲ ਹੈ ਵਾਕਵੇ ਸੈਰ ਕਰਨ ਵਾਸਤੇ ਸਾਈਕਲਿੰਗ ਵਾਸਤੇ ਹੋਰ ਚੀਜ਼ਾਂ ਵਾਸਤੇ ਜੇ ਟੋਟਲ ਕਹਿੰਦੇ ਉਹਨਾਂ ਦੀ ਗਿਣਤੀ ਕੀਤੀ ਜਾਵੇ ਤਾਂ 1000 ਕਿਲੋਮੀਟਰ ਤੋਂ ਵੱਧ ਬਣਦੀ ਹੈ ਇੰਨੇ ਜ਼ਿਆਦਾ ਨੇ ਰੀਕ੍ਰੀਸ਼ਨ ਵਾਸਤੇ ਬਹੁਤ ਸੋਹਣੀਆਂ ਫੈਸਿਲਿਟੀਆਂ ਨੇ ਜੇ ਟੋਰਾਂਟੋ ਦਾ ਬੈਂਕਕੂਵਰ ਦੇ ਮੁਕਾਬਲੇ ਦੇਖਿਆ ਜਾਵੇ ਤੇ ਪਬਲਿਕ ਹੈਲਥ ਤੇ ਜਿਹੜੀ ਪਬਲਿਕ ਐਜੂਕੇਸ਼ਨ ਹੈ ਉਹ ਵੀ ਠੀਕ ਠਾਕ ਮੰਨੀ ਜਾਂਦੀ ਹੈ ਉਹਦੀ ਕੁਆਲਿਟੀ ਹੈ ਅਫੋਰਡੇਬਿਲਟੀ ਦੇ ਥੱਲੇ ਆ ਸੋ ਇੱਕ ਇਹ ਹੈ ਕਿ ਇੱਥੇ ਔਇਲ ਐਂਡ ਗੈਸ ਦੀ ਰਾਜਧਾਨੀ ਹੈ ਪਿੱਛੇ ਜੇ ਇੱਥੇ ਵਰਲਡ ਪੈਟਰੋਲੀਅਮ ਕਾਂਗਰਸ ਹੋ ਕੇ ਹਟੀ ਹੈ ਵਿੱਚ ਉਹ ਜਿਹੜੇ ਤੇਲ ਤੇ ਗੈਸ ਉਤਪਾਦਕ ਦੇਸ਼ ਨੇ ਉਹਨਾਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੋਏ ਸੀ ਉਹਨਾਂ ਨੇ ਇਸ ਚੀਜ਼ ਨੂੰ ਮਤਦ ਦਿੱਤੀ ਹੈ ਤੇ ਕੈਲਗਰੀ ਜਿਹੜਾ ਹੈ ਇਹ ਬਹੁਤ ਸੋਹਣਾ ਸ਼ਹਿਰ ਹੈ ਤੇ ਇਹ ਪਹਿਲੀ ਪਸੰਦ ਬਣਿਆ ਹੋਇਆ ਹੈ ਤੇ ਇੱਕ ਹੋਰ ਗੱਲ ਭਾਵੇਂ ਕਿ ਨਵੇਂ ਜਿਹੜੇ ਲੈਂਡ ਕਰਨ ਵਾਲੇ ਨੇ ਇਮੀਗ੍ਰੈਂਟ ਨਹੀਂ ਨਵੇਂ ਲੈਂਡ ਕਰਨ ਵਾਲੇ ਜਿਨ੍ਹਾਂ ਵਿੱਚ ਇਮੀਗ੍ਰੈਂਟ ਵੀ ਨੇ ਸਟੂਡੈਂਟ ਵੀ ਨੇ ਟੈਂਪਰੇਰੀ ਫਾਰਮ ਵਰਕਰ ਵੀ ਨੇ ਉਹ 온ਟਾਰੀਓ ਵਿੱਚ ਵੱਧ ਜਾ ਰਹੇ ਨੇ ਕਿਉਂਕਿ ਵੋਲੀਅਮ ਬਹੁਤ ਜ਼ਿਆਦਾ ਹੈ ਤੇ ਉਹਦੇ ਬਾਰੇ ਨੌਲੇਜ ਵੀ ਲੋਕਾਂ ਨੂੰ ਪਤਾ ਹੈ ਕਿ ਸ਼ਾਇਦ ਉਹੀ ਜਗ੍ਹਾ ਜਗ੍ਹਾ ਬੇਤਰ ਹੈ ਪਰ ਇਹ ਦੂਸਰੇ ਦੇਸ਼ਾਂ ਤੋਂ ਨਵੇਂ ਜਿਹੜੇ ਆਉਣ ਵਾਲੇ ਲੋਕ ਨੇ ਉਹ 온ਟੇਰੀਓ ਤੇ ਬ੍ਰਿਟਿਸ਼ ਕੋਲੰਬੀਆ ਵੱਲ ਨੂੰ ਰੁਖ ਕਰ ਰਹੇ ਨੇ ਜ਼ਿਆਦਾ ਤੀਸਰੇ ਨੰਬਰ ਤੇ ਅਲਬਰਟਾ ਆਉਂਦਾ ਫਿਰ ਕਿਊਬਿਕ ਵਗੈਰਾ ਆਉਂਦਾ ਤੇ ਜੇ ਅਸੀਂ ਇੰਟਰ ਪ੍ਰੋਵਿੰਸ਼ਲ ਮਾਈਗ੍ਰੇਸ਼ਨ ਭਾਵ ਇੱਕ ਪ੍ਰੋਵਿੰਸ ਤੋਂ 온ਟੇਰੀਓ ਤੋਂ ਅਲਬਰਟਾ ਨੂੰ BC ਤੋਂ 온ਟੇਰੀਓ ਨੂੰ 온ਟੇਰੀਓ ਤੋਂ BC ਨੂੰ ਸਾਰਿਆਂ ਦੀ ਆਪਸੀ ਜਿਹੜੀ ਅਦਲਾ ਬਦਲੀ ਲੋਕਾਂ ਦੀ ਕਿ ਕੌਣ ਕਿੱਥੇ ਨੂੰ ਜਾ ਰਿਹਾ ਹੈ ਦੇਸ਼ ਤੋਂ ਬਾਹਰ ਉਹ ਨਹੀਂ ਦੇਸ਼ ਦੇ ਅੰਦਰ ਅੰਦਰ ਤੇ ਉਹਦੇ ਵਿੱਚ ਕਨਟੇਰੀਓ ਵੀ ਮਾਈਨਸ ਵਿੱਚ ਹੈ ਬ੍ਰਿਟਿਸ਼ ਕੋਲੰਬੀਆ ਵੀ ਮਾਈਨਸ ਵਿੱਚ ਹੈ ਤੇ ਅਲਬਰਟਾ ਇੱਕ ਸਭ ਤੋਂ ਵੱਧ ਪੋਜ਼ਿਟਿਵ ਜਾਣ ਵਾਲਾ ਸੂਬਾ ਕਿ ਇੰਟਰ ਪ੍ਰੋਵਿੰਸ਼ਲ ਮਾਈਗ੍ਰੇਸ਼ਨ ਸਭ ਤੋਂ ਵੱਧ ਇੱਥੇ ਹੋ ਰਹੀ ਹੈ ਇੱਕ ਜਨਰਲ ਜੇ ਪਰਸੈਪਸ਼ਨ ਹੈ ਬਾਹਰਲੇ ਮੁਲਕ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੋਵੇਗੀ ਕਿ ਠੰਡਾ ਬਹੁਤ ਹੈ ਅਲਬਰਟਾ ਕੈਲਗਰੀ ਇੱਥੇ ਜਿਆਦਾ ਵਿంటర్ ਜਿਹੜਾ ਸਟਰੋਂਗ ਹੁੰਦਾ ਹੈ ਵਿంటర్ ਸਟਰੋਂਗ ਕੈਨੇਡਾ ਵੈਸੇ ਹੀ ਅਸੀਂ ਲੱਗੇ ਆ ਇਹੋ ਜਿਹੇ ਧਰਤੀ ਦੇ ਹਿੱਸੇ ਤੇ ਬੈਠੇ ਹੋਏ ਜਿੱਥੇ ਠੰਡ ਜਿਆਦਾ ਪੈਂਦੀ ਹੈ ਕੁਝ ਇੱਕ ਇੱਕ ਐਕਸੈਪਸ਼ਨਸ ਹੈਗੇ ਜਿੱਥੇ ਘ ਜਦੋਂ ਤੁਸੀਂ ਸੱਤ ਸਮੁੰਦਰ ਪਾਰ ਆਏਗੇ ਤੇ ਫਿਰ 2-4 ਡਿਗਰੀ ਦਾ ਸਪਲਿਨ ਕੀ ਫਰਕ ਹੈ ਬਿਲਕੁਲ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਪਣੀ ਪੜ੍ਹਾਈ ਖਤਮ ਕਰ ਚੁੱਕੇ ਨੇ ਤੇ ਉਹਨਾਂ ਨੇ ਵੀ ਕੈਲਗਰੀ ਵੱਲ ਨੂੰ ਰੁੱਖ ਕਰ ਲਿਆ ਅੱਛਾ ਮੈਂ ਸਟੂਡੈਂਟਸ ਦੀ ਗੱਲ ਨੂੰ ਹੀ ਅੱਗੇ ਤੋਰਦੀ ਆ ਇੱਕ ਰਿਪੋਰਟ ਅਸੀਂ ਹੋਰ ਦੇਖ ਰਹੇ ਸੀ ਉਹਦੇ ਵਿੱਚ ਪੀਆਰ ਨੂੰ ਲੈ ਕੇ ਕੁਝ ਖੁਲਾਸੇ ਹੋਏ ਨੇ ਉਹ ਕੀ ਨੇ ਸਪਲਿਨ ਉਹ ਪੀਆਰ ਦੇ ਜਿਹੜੇ ਖੁਲਾਸੇ ਨੇ ਉਹ ਸਟੂਡੈਂਟਸ ਨੂੰ ਲੈ ਕੇ ਨੇ ਉਹਦੀ ਵੀ ਇੱਕ ਰਿਪੋਰਟ ਹੈ ਇਹ ਰਿਪੋਰਟ ਦਾ ਨਾਮ ਹੈ ਸਟਰੈਂਥਨਿੰਗ ਦ ਇੰਟੀਗ੍ਰਿਟੀ ਆਫ ਕੈਨੇਡਾਜ਼ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਇਹ ਕਾਫੀ ਮਾਹਿਰਾਂ ਦੁਆਰਾ ਤੇ ਜਿਹਦੇ ਵਿੱਚ ਸਾਡੇ ਕੁਝ ਜਿਹੜੇ ਕੰਸਲਟੈਂਟਸ ਨੇ ਤੇ ਨਾਲ ਜਿਹੜੇ ਗਵਰਨਮੈਂਟ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਰਲ ਕੇ ਰਿਪੋਰਟ ਤਿਆਰ ਕੀਤੀ ਆ ਹੁਣ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਸਲਟੈਂਟਸ ਤੇ ਉਂਗਲੀ ਉਠਾਈ ਆ ਉਹਨਾਂ ਨੇ ਉਹ ਕਹਿੰਦੇ ਨੇ ਕਿ ਇਹ ਲੋਕਾਂ ਨੂੰ ਬਲਕਿ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮਿਸਲੀਡ ਕਰ ਰਹੇ ਨੇ ਉਹਨਾਂ ਨੂੰ ਗਲਤ ਸਲਾਹ ਦਿੱਤੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਪੋਸਟ ਸਕੈੰਡਰੀ ਜਿਹੜੀ ਐਜੂਕੇਸ਼ਨ ਹੈ ਉਹ ਤੁਹਾਡੀ ਪੀਆਰ ਲੈਣ ਦਾ ਗਰੰਟੀਡ ਰੂਟ ਹੈ ਹੋ ਸਕਦਾ ਹੈ ਪਰ ਗਰੰਟੀਡ ਰੂਟ ਨਹੀਂ ਹੈ ਇਹ ਸਰਕਾਰੀ ਰਿਪੋਰਟ ਕਹਿੰਦੀ ਜਿਹੜੀ ਮੈਂ ਰਿਪੋਰਟ ਦਾ ਨਾਮ ਲਿਆ ਇਹਦੇ ਵਿੱਚ ਫੈਡਰਲ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਦੇ ਬਾਰੇ ਸਰਕਾਰ ਨੂੰ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਇਹਦੇ ਬਲ ਧਿਆਨ ਦਿਓ ਤੇ ਇਹਦੇ ਵਿੱਚ ਸ਼ੰਟੀ ਸਿਸਟਮ ਅਪਣਾਓ ਤੇ ਇਹਦੇ ਵਿੱਚ ਇੱਕ ਖਾਸ ਗੱਲ ਹੈ ਜਦੋਂ ਜਿਹੜੇ ਜਿਹੜੇ ਬੱਚੇ ਆਉਂਦੇ ਨੇ ਸਵਲੀਨ ਉਥੋਂ ਇੰਡੀਆ ਤੋਂ ਐਜ਼ ਅ ਸਟੂਡੈਂਟ ਤੇ ਉਹਨਾਂ ਵਾਸਤੇ ਉਹਨਾਂ ਨੇ ਕਿਹਾ ਕਿ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਸ਼ਨ ਡੀਐਲਆਈ ਉਹਨਾਂ ਦੇ ਅਪਰੂਵਡ ਜਿਹੜੇ ਕਾਲਜ ਜਾਂ ਇੰਸਟੀਚਿਊਟ ਨੇ ਉਹਨਾਂ ਦੇ ਹੀ ਸਟੂਡੈਂਟਸ ਨੂੰ ਵਰਕ ਪਰਮਿਟਲੀ ਸਦਾ ਰਸਤਾ ਮਿਲਦਾ ਬਾਕੀ ਜਿਹੜੇ ਅਪਰੂਵਡ ਨਹੀਂ ਨੇ ਡੀਐਲਆਈ ਦੇ ਤਹਿਤ ਉਹ ਪਹਿਲਾਂ ਪਤਾ ਕੀਤਾ ਜਾਵੇ ਆਉਣ ਤੋਂ ਕਿ ਤੁਹਾਨੂੰ ਏਜੰਟ ਇਹਨਾਂ ਕਹੇ ਕਿ ਤੌਰ ਤੇ ਕਿ ਸਾਰੇ ਇੱਕੋ ਜਿਹੇ ਨੇ ਸਾਰਿਆਂ 'ਚ ਕੋਈ ਫਰਕ ਨਹੀਂ ਹੈ ਕੋਨਾ ਕਾਲਜਿਸ ਵਿੱਚ ਐਡਮਿਸ਼ਨ ਲੈਣ ਦੀ ਟਰਾਈ ਕੀਤੀ ਜਾਵੇ ਜੋ ਡੀਐਲਈਜ਼ ਡੈਜ਼ਿਗਨੇਟਿਡ ਲਰਨਿੰਗ ਇੰਸਟੀਚਿਊਸ਼ਨਸ ਵਜੋਂ ਜਿਨ੍ਹਾਂ ਨੂੰ ਮਾਨਤਾ ਐਕਕ੍ਰੈਡੀਟਿਡ ਨੇ ਮਾਨਤਾ ਪ੍ਰਾਪਤ ਹੋਈ ਹੈ ਹੁਣ ਇਹਦੇ ਵਿੱਚ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਮੁਸ਼ਕਲ ਦੇ ਵਿੱਚ ਨੇ ਕਿਉਂਕਿ ਉਹ ਫਿਰ ਬੜੇ ਪੁੱਠੇਸ ਦੇ ਤਰੀਕਿਆਂ ਨਾਲ ਫਿਰ ਜਿਹੜਾ ਨਾ ਉਹ ਉਹ ਜਿਹੜਾ ਇੱਥੇ ਜਿਹੜਾ ਕੰਮ ਦਾ ਫਾਰਮੈਟ ਲੈਣ ਦੇ ਤਰੀਕੇ ਕਰਦੇ ਨੇ ਉਹ ਖਰਚਾ ਵੀ ਬੜਾ ਪੈਂਦਾ ਸਭ ਕੁਝ ਹੀ ਪੈਂਦਾ ਉਹ ਬਹੁਤ ਸਾਰੀਆਂ ਗੱਲਾਂ ਨੇ ਪਰ ਜਿਹੜੇ ਕਹਿੰਦੇ ਨੇ ਕਿ ਫੇਕ ਲੈਟਰਸ ਆਫ ਐਕਸੈਪਟੈਂਸ ਤੇ انرولਡ ਜਿਹੜੇ ਪ੍ਰੋਗਰਾਮ ਜਿਹੜੇ ਨੇ ਉਹ ਵੀ ਦੇਖਣੇ ਨੇ ਕਿ ਜੇ ਤੁਸੀਂ ਵਰਕ ਪਰਮਿਟ ਲੈਣਾ ਹੈ ਤੇ ਤੁਹਾਡੇ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਲੈ ਰਹੇ ਹੋ ਦਾਖਲਾ ਲੈ ਰਹੇ ਹੋ ਉਹ ਵੀ ਦੇਖੋ ਕਿ ਇਹਦੀ ਰਿਕੁਆਇਰਮੈਂਟ ਦੂਜੇ ਪਾਸੇ ਕਿਹੋ ਜਿਹੀ ਹੈ ਤੁਸੀਂ ਸਿਰਫ ਇਹ ਨਹੀਂ ਕਿ ਇੱਕ ਵਾਰੀ ਵੀਜ਼ਾ ਠੱਪਾ ਲਵਾਉਣਾ ਹੈ ਤੇ ਫਿਰ ਦੇਖੀ ਜਾਊ ਬਾਅਦ ਵਿੱਚ ਜੇ ਉਦੋਂ ਉਦੋਂ ਕੁਝ ਗੱਲਾਂ ਤੇ ਤਿਆਰ ਰੱਖ ਲਿਆ ਜਾਵੇ ਤੇ ਈਜ਼ੀ ਜਿਹੜਾ ਹੋਵੇਗਾ ਕੈਨੇਡੀਅਨ ਸਰਕਾਰ ਵੀ ਕੋਈ ਇਤਨਾ ਵਿਰੋਧ ਨਹੀਂ ਹੈ ਕਿ ਕੋਈ ਸਟੂਡੈਂਟ ਆ ਜਾਣ ਤੇ ਉਹ ਆਪਣਾ ਉਹ ਕਹਿੰਦੇ ਨੇ ਕਿ ਪਰ ਜਿਹੜੇ ਏਬਲਡ ਸਟੂਡੈਂਟ ਨੇ ਜਿਹੜੇ ਠੀਕ ਠਾਕ ਨੇ ਅਸੀਂ ਉਹਨਾਂ ਨੂੰ ਪੀਆਰ ਵਾਸਤੇ ਉਹਨਾਂ ਨੂੰ ਇਸ ਰਸਤੇ ਤੇ ਤੋਰਿਏ ਤੇ ਬਾਕੀ ਜਿਹੜੇ ਆਪਣੇ ਸਟੱਡੀਜ਼ ਕੰਪਲੀਟ ਨਹੀਂ ਕਰਦੇ ਜਾਂ ਹੋਰ ਕੋਈ ਤਰੀਕਿਆਂ ਤੇ ਨਹੀਂ ਉਹਨਾਂ ਨੂੰ ਫਿਰ ਇਸ ਪ੍ਰੋਗਰਾਮ ਦੇ ਵਿੱਚ ਨਾ ਆਉਣ ਦਈਏ ਸੋ ਇਸ ਰਿਪੋਰਟ ਦੇ ਵਿੱਚ ਕੰਸਲਟੈਂਟ ਕੰਸਲਟੈਂਟ ਨੂੰ ਨਹੀਂ ਸਿਰਫ ਸਰਕਾਰ ਨੂੰ ਵੀ ਬਲੇਮ ਕੀਤਾ ਗਿਆ ਫੈਡਰਲ ਗਵਰਨਮੈਂਟ ਨੂੰ ਵੀ ਔਰ ਉਹਨਾਂ ਨੇ ਕਿ ਫਾਲਸ ਸੈਂਸ ਆਫ ਹੋਪ ਇੱਕ ਝੂਠੀ ਤਸੱਲੀ ਜਿਹੜੀ ਦੇਣੀ ਹੈ ਇਸ ਤਰ੍ਹਾਂ ਸਟੂਡੈਂਟਸ ਨੂੰ ਉਹ ਵੀ ਮਾੜੀ ਗੱਲ ਹੈ ਉਸ ਗੱਲ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਜੋ ਜਿਹੜਾ 99 ਲੱਖ ਸਟੂਡੈਂਟ ਜਿਹੜਾ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜਾ 2023 ਦੇ ਅੰਕੜਿਆਂ ਮੁਤਾਬਕ ਇਸ ਵੇਲੇ ਜਿਹੜਾ ਉਹ এডਿਕੇਸ਼ਨ ਪ੍ਰਾਪਤ ਕਰ ਰਿਹਾ ਤੇ ਜੇ ਉਹ ਸਾਰੇ ਪੀਆਰ ਦੇ ਇਸ ਤਰ੍ਹਾਂ ਉਹਨਾਂ ਦੇ ਪੱਕੇ ਹੋ ਜਾਣ ਤੇ ਫਿਰ ਕੈਨੇਡਾ ਸਰਕਾਰ ਦੇ ਜਿਹੜੇ ਅੰਕੜੇ ਨੇ ਕਿ ਤਕਰੀਬਨ ਅਸੀਂ 5 ਲੱਖ 70 ਹਜ਼ਾਰ ਦੇ ਆਸ-ਪਾਸ ਜਿਹੜੇ ਜਾਂ 5 ਲੱਖ ਤੋਂ 6 ਲੱਖ ਦੇ ਵਿੱਚ ਅਸੀਂ ਹਰ ਸਾਲ ਜਿਹੜੇ ਇਮੀਗ੍ਰੈਂਟ ਲਿਆਉਣੇ ਨੇ ਵੱਖਰੇ ਵੱਖਰੇ ਇਸ ਟੀਮ ਦੇ ਵਿੱਚ ਉਹ ਅੰਕੜਾ ਤੇ ਫਿਰ ਫੇਲ ਹੋ ਜਾਵੇਗਾ ਸੋ ਸਰਕਾਰ ਦੀ ਗਿਣਤੀ ਮਿੰਤੀ ਵੀ ਹੈ ਮੈਂ ਸਮਝਦਾ ਕਿ ਪੰਜਾਬੀ ਹੋਣ ਦੇ ਨਾਤੇ ਪੰਜਾਬੀਆਂ ਦੇ ਵਿੱਚ ਵੈਲਕਮ ਹੈ ਜਿਹੜੇ ਪੰਜਾਬ ਤੋਂ ਸਟੂਡੈਂਟ ਆਉਣਾ ਚਾਹੁੰਦੇ ਨੇ ਥੋੜੀ ਜਿਹੀ ਮੋਰ ਮੋਰ ਐਜੂਕੇਟਿਡ ਹੋ ਕੇ ਥੋੜਾ ਜਿਹਾ ਸਾਨੂੰ ਜਾਣਕਾਰੀ ਲੈ ਕੇ ਅਸੀਂ ਉਸ ਵਿੱਚ ਉਹਦੇ ਬਾਰੇ ਪੜ੍ਹ ਕੇ ਕਿ ਕਿਹੜੇ ਪ੍ਰੋਗਰਾਮ ਚ ਕਿਹੜੇ ਕਾਲਜਸ ਦੇ ਵਿੱਚ ਤੇ ਫਿਰ ਸਾਡੇ ਕੋਲ ਕੀ ਹੋ ਪੈਂਦੀ ਆ ਇਹ ਨਹੀਂ ਕਿ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਆ ਉਹ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਤੁਹਾਡੇ ਮੂਰੇ ਸ ਕੋਰਸੇ ਖੋਲ੍ਹ ਕੇ ਰੱਖ ਦਿੰਦਾ ਆਹ ਲਓ ਜੀ ਤੁਹਾਡਾ ਇਹਦੇ ਚ ਵੀ ਹੋ ਜਾਣਾ ਇਹਦੇ ਚ ਵੀ ਹੋ ਜਾਣਾ ਤੇ ਅਸੀਂ ਵੇਖਦੇ ਨਹੀਂ ਅਸੀਂ ਗੱਫਾ ਨੋਟਾਂ ਦਾ ਰੱਖਦੇ ਆ ਅੱਗੇ ਤੇ ਫਿਰ ਉਹ ਜਿਹੜਾ ਫਿਰ ਉਹ ਅਗਲੀ ਦੀ ਮਰਜ਼ੀ ਹੈ ਜਾਜ ਇੱਕ ਵਾਰੀ ਫੜ ਕੇ ਜੇ ਤੁਸੀਂ ਆਉਂਦੇ ਤੇ ਇੱਥੇ ਅਸਲੀਅਤ ਹੋਰ ਹੈ ਸੋ ਉਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਐਜੂਕੇਸ਼ਨ ਲੈਣ ਵੀ ਆਉਣਾ ਪੱਕੇ ਹੋਣ ਵੀ ਆਉਣਾ ਲਰਨਡ ਹੋ ਕੇ ਆਓ ਥੋੜਾ ਸਿੱਖਿਅਕ ਹੋ ਕੇ ਆਓ ਗਿਆਨ ਹਾਸਲ ਵੀ ਕਰੋ ਤੇ ਉਹ ਜ਼ਿਆਦਾ ਫਾਇਦੇ ਹੋਵੇਗਾ ਸਾਡੇ ਲਈ ਉਮੀਦ ਕਰਦੇ ਹਾਂ ਕਿ ਕੈਨੇਡਾ ਨੂੰ ਲੈ ਕੇ ਜਿਹੜੇ ਕਈ ਸਵਾਲ ਤੁਹਾਡੇ ਮਨਾਂ 'ਚ ਨੇ ਉਹਨਾਂ ਦੇ ਬਹੁਤ ਸਾਰਿਆਂ ਦੇ ਜਵਾਬ ਤੇ ਤੁਹਾਨੂੰ ਮਿਲ ਗਏ ਹੋਣਗੇ ਅੱਜ ਦਾ ਐਪੀਸੋਡ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਨਵੇਂ ਮੁੱਦਿਆਂ ਤੇ ਗੱਲਬਾਤ ਲੈ ਕੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਹੁਣ ਤਦ ਤੱਕ ਲਈ ਸਾਨੂੰ ਦੀਓ ਇਜਾਜ਼ਤ ਸਤਿ ਸ਼੍ਰੀ ਅਕਾਲ